ਮੈਨੂੰ ਤੁਹਾਡਾ ਜੀ ਅਸਲਾਮ ਵਾਲੇਕੁਮ ਜੀ ਐਂਡ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਵਿੱਚ ਆਈਆਂ ਹੋਈਆਂ ਸਾਡੀਆਂ ਦਿੱਲੀ ਤੋਂ ਸਿੱਖ ਸੰਗਤ ਜਿਹੜੀ ਹੈ ਪੂਰੇ ਇੰਡੀਆ 'ਚੋਂ ਸਾਡੇ ਜਿਹੜੇ ਆਏ ਹੋਏ ਮਹਿਮਾਨ ਨੇ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਭਾਜੀ ਟੀਟੂ ਜੀ ਜੱਥਾ ਲੈ ਕੇ ਆਏ ਨੇ ਪੂਰਾ ਇੱਥੇ, ਅਤੇ ਅਸੀਂ ਇਹੀ ਕਹਾਂਗੇ ਕਿ ਅਸੀਂ ਜੀ ਆਇਆਂ ਨੂੰ ਲੱਖੋ ਲੱਖ ਵਧਾਈਆਂ ਤਮਾਮ ਸੰਗਤ ਨੂੰ ਪਾਕਿਸਤਾਨ ਦੇ ਵਿੱਚ, ਲੱਖਾਂ 550 ਸਾਲਾਂ ਗੁਰੂ ਪੁਰਬ ਦੀਆਂ ਲੱਖੋ ਲੱਖ ਵਧਾਈਆਂ ਜੀ। ਜੀ ਟੀਟੂ ਸਾਹਿਬ ਅੰਦਰ ਚਲੋ ਜੀ, ਆਓ ਜੀ, ਬਿਲਕੁਲ ਜੀ ਆ ਜਾਓ ਜੀ ਅੰਦਰ ਜੀ, ਬਿਲਕੁਲ ਠੀਕ ਆ ਵੀਰੇ, ਤੁਸੀਂ ਸੁਣਾਓ, ਆ ਜਾਓ, ਆ ਗਿਆ। ਹਾਂਜੀ ਜੀ ਬਿਲਕੁਲ, ਰਾਣਾ ਜਲਦੀ ਆ ਜਾਓ। ਹਾਂਜੀ ਜੀ, ਗੁਰੂ ਪਿਆਰੀ ਸੰਗਤ ਜੀ ਪਹੁੰਚ ਗਏ, ਸਾਡੀ ਸੰਗਤ ਜਿਹੜੀ ਹੈ ਜਿਨ੍ਹਾਂ ਦਾ ਸਾਨੂੰ ਇੰਤਜ਼ਾਰ ਸੀ, ਅਸੀਂ ਇੱਥੇ ਵੇਟ ਕਰ ਰਹੇ ਸਾਂ। ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਪੰਜਾ ਸਾਹਿਬ ਦੇ ਅੰਦਰ ਅਸੀਂ ਇਸ ਵੇਲੇ ਪਹੁੰਚ ਗਏ ਹਾਂ, ਔਰ ਫਿਰ ਇੱਕ ਵਾਰੀ ਤੁਹਾਨੂੰ 550 ਸਾਲਾਂ ਗੁਰਪੁਰਬ ਦੀਆਂ ਲੱਖੋ ਲੱਖ ਵਧਾਈਆਂ। ਸਾਡੇ ਨਾਲ ਦਿੱਲੀ ਤੋਂ ਆਏ ਹੋਏ ਸਾਡੇ ਜਥੇਦਾਰ ਜਿਹੜੇ ਨੇ ਭਾਜੀ ਟੀਟੂ ਸਿੰਘ ਆਏ ਹੋਏ ਨੇ, ਅਤੇ ਬੜੀ ਖੁਸ਼ੀ ਹੋ ਰਹੀ ਹੈ। ਔਨਲਾਈਨ ਅਸੀਂ ਦੇਖਦੇ ਹੁੰਦੇ ਸੀ, ਗਿਆਨੀ ਜੀ ਵੀ ਆ ਗਏ ਨੇ ਜੀ, ਨਾਲ ਦੀ ਨਾਲ ਹੀ ਸਾਡੇ ਕੇਅਰਟੇਕਰ ਅਸਮਤੁੱਲਾ ਸਾਹਿਬ ਵੀ ਮੌਜੂਦ ਨੇ, ਅਸਮਤੁੱਲਾ ਸਾਹਿਬ ਜਿਹੜੇ ਕਿ ਕੇਅਰਟੇਕਰ ਨੇ, ਔਰ ਟੀਟੂ ਭਾਜੀ ਜਿਹੜੇ ਕਿ ਇਸ ਵੇਲੇ ਜਥੇਦਾਰ ਨੇ, ਔਰ ਨਾਲ ਹੀ ਨਾਲ ਸਾਡੇ ਗਿਆਨੀ ਜੀ ਵੀ ਨੇ ਜਿਹੜੇ ਕਿ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਆਪਣਾ ਪੰਜਾ ਸਾਹਿਬ ਦੇ ਗਿਆਨੀ ਜੀ ਨੇ। ਅਤੇ ਅਸੀਂ ਫਿਰ ਇੱਕ ਵਾਰੀ ਔਫੀਸ਼ੀਅਲ ਟੀਮ ਵੱਲੋਂ ਵੀ ਔਰ ਆਪਣੇ ਚੈਨਲ ਵੱਲੋਂ ਵੀ ਅਸੀਂ ਸਾਰੀਆਂ ਸੰਗਤਾਂ ਨੂੰ ਜਿਹੜਾ ਲੱਖੋ ਲੱਖ ਵਧਾਈਆਂ ਦਿੰਦੇ ਹਾਂ ਜੀ। ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਬਾਬਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਜਨਮ ਪੁਰਬ ਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਬੜੀ ਤਮੰਨਾ ਸੀ ਪੰਜਾ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਇਹਨਾਂ ਦੇ ਦਰਸ਼ਨ ਕਰਨ ਦੀ। ਮੈਂ ਬਹੁਤ ਆਪਣੇ ਨੂੰ ਖੁਸ਼ਕਿਸਮਤ ਸਮਝਣਾ, ਅੱਜ ਮੈਂ ਬਾਬਾ ਜੀ ਦੇ ਨਾਲ ਖੜ੍ਹਾ। ਇਹ ਵਰਲਡ ਫੇਮਸ ਨੇ, ਇਹ ਸਿੱਖ ਹਿਸਟੋਰੀਅਨ ਨੇ, ਇਹਨਾਂ ਨੇ ਜੀ ਵਰਲਡ ਦੇ ਵਿੱਚ ਸਿੱਖਾਂ ਦੇ ਐਸੇ ਐਸੇ ਗੁਰਦੁਆਰਿਆਂ ਦੀ ਖੋਜ ਕੀਤੀ ਹੈ ਜਿਹੜੇ ਸਿੱਖਾਂ ਨੂੰ ਖੁਦ ਨਹੀਂ ਪਤਾ। ਮੈਂ ਹੈਰਾਨ ਹੋ ਗਿਆ ਇਸ ਗੱਲ ਨੂੰ ਦੇਖ ਕੇ, ਜਿੱਦਾਂ ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਟ ਕੀਤੀ ਸੀ, ਇਹਨਾਂ ਨੇ ਆਪਣੀ ਫਾਈਲ 'ਚ ਪਾਇਆ ਉਸ ਗੁਰਦੁਆਰੇ ਦੀ। ਹਾਲਾਂਕਿ ਗੁਰਦੁਆਰਾ ਨਹੀਂ ਹੈ, ਖੰਡਰ ਹੈ, ਹੋਰ ਇਹਨਾਂ ਨੇ ਸਾਡੇ ਪਿੰਡ ਦਿਖਾਇਆ ਸਾਨੂੰ, ਅਤੇ ਮੇਰੀ ਅਮੂਮਨ ਇਹਨਾਂ ਨਾਲ ਆਮ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਮੈਂ ਇਹਨਾਂ ਨੂੰ ਚਾਹਾਂਗਾ ਆਉਣ ਵਾਲੀ ਸੰਗਤ ਤੁਸੀਂ ਆਪਣੇ ਹੱਥੋਂ ਸਵਾਗਤ ਕਰੋ ਜੀ। ਬਿਲਕੁਲ ਜੀ, ਮੈਂ ਇਹੀ ਕਹਾਂਗਾ ਕਿ ਪਹਿਲੇ ਤਾਂ ਆਪਣੀ ਸੈਰਮਨੀ ਜਿਹੜੀ ਹੈ ਸਰਕਾਰੀ ਤੌਰ 'ਤੇ ਸਾਡਾ ਤਰੀਕਾਕਾਰ ਹੈ ਜੀ, ਪਹਿਲੇ ਉਹ ਭਾਈ ਸਾਹਿਬ ਔਰ ਗਿਆਨੀ ਜੀ ਜਿਹੜੇ ਨੇ ਉਸ ਜਿਹੜੀ ਹੈ ਸੇਵਾ ਆਪਣੀ ਸ਼ੁਰੂ ਕਰਨ ਸੰਗਤ ਦੇ ਨਾਲ, ਔਰ ਉਸ ਤੋਂ ਬਾਅਦ ਅਸੀਂ ਅਗਲੀ ਜਿਹੜੀ ਗੱਲ ਹੈ ਸੰਗਤਾਂ ਦੇ ਦਰਸ਼ਨ ਕਰਾਓ ਜੀ ਤੁਸੀਂ। ਹਾਂਜੀ ਜੀ ਬਿਲਕੁਲ, ਆਪ ਜੀ ਨੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਾਂਗੇ ਜੀ। ਹਾਂਜੀ ਸਰ, ਤੁਸੀਂ ਉਹ ਰਣਜੀਤ ਸਿੰਘ ਹੋਰਾਂ ਦੇ ਮਿਊਜ਼ੀਅਮ ਬਾਰੇ ਬੜਾ ਅੱਛਾ ਬੋਲ ਰਹੇ ਸੀ, ਤੁਹਾਡਾ ਪੂਰਾ ਪ੍ਰੋਗਰਾਮ ਦੇਖਿਆ ਸੀ ਜੀ ਜੀ ਜੀ। ਅੱਜ ਅਸੀਂ ਤੁਹਾਡੇ ਨਾਲ ਜੀ ਭਰ ਕੇ ਇੱਥੇ ਗੱਲਾਂ ਕਰਾਂਗੇ, ਤੁਸੀਂ ਬਸ ਇੱਕ ਵਾਰੀ ਆਪਣਾ ਸਵਾਗਤ ਕਰਾ ਲਵੋ। ਅੱਛਾ, ਸਵਾਗਤ ਕਰਾਉਣ ਦੀ ਬਹੁਤ ਮਿਹਰਬਾਨੀ ਜੀ। ਲਓ ਜੀ, ਸੰਗਤਾਂ ਜਿਹੜੀਆਂ ਨੇ ਆ ਰਹੀਆਂ ਨੇ, ਤੇਜ਼ੀ ਨਾਲ ਸਕੈਨਿੰਗ ਹੋ ਰਹੀ ਹੈ ਕਿਉਂਕਿ ਸਿਕਿਉਰਿਟੀ ਚੈੱਕ ਜਿਹੜਾ ਹੈ ਉਹ ਸਾਰਾ ਦਾ ਸਾਰਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਉਣ ਵਾਲੀ ਸੰਗਤ ਵਾਸਤੇ ਵੀ, ਔਰ ਜਿਹੜਾ ਇੱਕ ਗੌਰਮੈਂਟ ਦਾ ਰੂਲ ਹੈ ਉਹਦੇ ਮੁਤਾਬਕ ਵੀ। ਅਤੇ ਆਹ ਸਾਡੀਆਂ ਭੈਣਾਂ ਮਾਵਾਂ ਸਾਰੀਆਂ ਜਿਹੜੀਆਂ ਨੇ ਇਸ ਵੇਲੇ ਮੌਜੂਦ ਨੇ, ਤਮਾਮ ਦੇ ਤਮਾਮ ਜਿਹੜੇ ਸੋਸ਼ਲ ਨੈਟਵਰਕ ਦੇ ਉੱਤੇ ਤਾਂ ਮੈਨੂੰ ਦੇਖਦੇ ਨੇ, ਅੱਜ ਲਾਈਵ ਵੀ ਸਾਰਾ ਕੁਝ ਦੇਖਣਗੇ ਕਿ ਮੈਂ ਕਿੱਦਾਂ ਇੱਕ ਮੋਬਾਈਲ ਫੋਨ ਦੇ ਉੱਤੇ ਔਰ ਇੱਕ ਮਾਈਕ ਲੈ ਕੇ ਕਿਸ ਤਰੀਕੇ ਨਾਲ ਉਹ ਕਵਰੇਜ ਕਰਦਾ ਵਾਂ। ਸੇਮ ਉਸੇ ਹੀ ਰੂਪ ਦੇ ਵਿੱਚ ਮੈਂ ਇੱਥੇ ਹਾਜ਼ਰ ਹਾਂ, ਅਤੇ ਅਸੀਂ ਦੱਸਦੇ ਹਾਂ ਵੀ ਤੁਹਾਨੂੰ ਦਿਖਾਉਣੇ ਚਾਹੁੰਦੇ ਹਾਂ ਕਿ ਨਾਲ ਦੀ ਨਾਲ ਕਿਹੜੀ ਕਿਹੜੀ ਸੰਗਤ ਕਿੱਥੋਂ ਕਿੱਥੋਂ ਆਈ ਹੈ। ਇੱਕ ਵਾਰੀ ਅਸੀਂ ਤੁਹਾਨੂੰ ਇੰਟਰੀ ਪਵਾ ਦਈਏ, ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਸਾਰਿਆਂ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਬਾ ਜੀ, ਆਪਾਂ ਕਿੱਥੋਂ ਤਸ਼ਰੀਫ ਲਿਆਏ? ਹਾਂਜੀ, ਕਿੱਥੋਂ ਤਸ਼ਰੀਫ ਲਿਆਏ ਆ? ਅਸੀਂ ਦਿੱਲੀ ਤੋਂ ਆਏ ਹਾਂ ਜੀ। ਅੱਛਾ, ਤੇ ਇੰਡੀਆ ਤੋਂ? ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਤਰਲੋਚਨ ਸਿੰਘ ਹੈ। ਤਰਲੋਚਨ ਸਿੰਘ, ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ? ਅਸੀਂ 13 ਤਰੀਕ ਆਏ ਸੀ ਜੀ ਨਨਕਾਣਾ ਸਾਹਿਬ। ਅੱਛਾ ਜੀ, ਅੱਜ ਤੁਹਾਡੇ ਇੱਥੇ ਸ਼ਾਇਦ ਪਹੁੰਚਿਆ, ਸਤਿਗੁਰ ਸੱਚੇ ਪਾਤਸ਼ਾਹ ਪੰਜਾ ਸਾਹਿਬ ਗੁਰਦੁਆਰੇ ਪਹੁੰਚੇ ਹਾਂ। ਓਕੇ, ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੋਈ ਜੀ ਜੀ, ਬਹੁਤ ਇੱਥੇ ਅਰੇਂਜਮੈਂਟ ਬਹੁਤ ਅੱਛਾ ਲੱਗਾ ਸਾਨੂੰ। ਮੈਂ ਤਾਂ ਕਿੰਨਾ ਕੁ ਸ਼ੁਕਰਾਨਾ ਕਰਾਂ ਸਤਿਗੁਰੂ ਨਾਨਕ ਦਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਦਰਸ਼ਨ ਕਰਾਏ ਅਤੇ ਤੁਹਾਡੇ ਅਸੀਂ ਦਰਸ਼ਨ ਕੀਤੇ ਆ ਕੇ। ਗਰਮੀ ਤੋਂ ਇਲਾਵਾ ਕੋਈ ਸ਼ਿਕਵਾ? ਦੇਖੋ ਜੀ, ਗਰਮੀ ਸਾਰੀ ਉੜ ਗਈ ਹੈ। ਜਿੱਥੇ ਗੁਰਦੁਆਰਿਆਂ ਦੇ ਦਰਸ਼ਨ, ਸੱਚੇ ਪਾਤਸ਼ਾਹ ਦੇ ਜਨਮ ਅਸਥਾਨ ਗੁਰੂ ਨਨਕਾਣਾ ਸਾਹਿਬ, ਫਿਰ ਪੰਜਾ ਸਾਹਿਬ, ਉਹਨਾਂ ਦੇ ਦਰਸ਼ਨ ਕੀਤੇ, ਉਸ ਤੋਂ ਬਾਅਦ ਕਾਹਦੀ ਗਰਮੀ, ਇੰਨੀ ਠੰਡ ਪਈ ਆ ਅੰਦਰ ਅਤੇ ਬਾਗੋ ਬਾਗ ਹੋ ਗਏ ਹਾਂ ਅਸੀਂ।
ਬਹੁਤ ਵਧੀਆ ਲੱਗਾ ਜੀ, ਗੱਲਬਾਤ ਹੁੰਦੀ ਰਹੇਗੀ ਗਾਹੇ ਬਗਾਹੇ, ਵਨ ਬਾਏ ਵਨ ਅਸੀਂ ਸਾਰਿਆਂ ਨਾਲ ਗੱਲ ਕਰਨੀ ਹੈ, ਅੱਜ ਅਸੀਂ ਪੂਰੀ ਰੀਝ ਲਾ ਕੇ ਜਾਣੀ ਹੈ। ਮੈਂ ਜੀ ਕਿੰਨਾ ਕੁ ਤੁਹਾਡਾ ਵੀ ਧੰਨਵਾਦ ਕਰਾਂ ਜੋ ਤੁਸੀਂ ਸਾਡਾ ਇੰਨਾ ਸਵਾਗਤ ਕੀਤਾ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਕਿਉਂਕਿ ਇਹ ਜਿਹੜਾ ਸਾਡੇ ਆਪਸ 'ਚ ਪਿਆਰ ਹੈ ਨਾ, ਇਹੀ ਸਭ ਕੁਝ ਸਭ ਤੋਂ ਵੱਡੀ ਗੱਲ ਇਹ ਹੈ। ਥੈਂਕ ਯੂ ਜੀ, ਧੰਨਵਾਦ, ਸ਼ੁਕਰੀਆ ਜੀ। ਜੀ ਵੀਰ ਜੀ, ਟਿਟੋਰਾਂ ਦੀ ਹਿੰਮਤ ਇਹ ਹੈ ਕਿ ਜਿਹੜੇ ਸਾਡੇ ਇੰਨੇ ਸੰਗਤ ਨੂੰ ਇਹ ਲੈ ਕੇ ਆਏ ਨੇ, ਅਸੀਂ ਸ਼ੇਖਸਰਾਏ ਦੀ ਸੰਗਤ, ਇਹਨਾਂ 'ਚ ਅਸੀਂ ਦੋ ਬੰਦੇ, ਸਾਨੂੰ ਇੱਕ ਬੰਦੇ ਦਾ ਵੀਜ਼ਾ ਲੱਗਾ ਸੀ, ਇੱਕ ਬੰਦੇ ਦਾ ਨਹੀਂ ਲੱਗਾ, ਉਹਨਾਂ ਨੂੰ ਵਾਪਸ ਜਾਣਾ ਪੈ ਗਿਆ, ਬਾਕੀ ਅਸੀਂ 6 ਬੰਦੇ ਇੱਥੇ ਜ਼ਰੂਰ ਆਏ ਹਾਂ। ਉਹਨਾਂ ਵਾਸਤੇ ਵੀ ਸਾਨੂੰ, ਅਸੀਂ ਪਰਮਾਤਮਾ ਅੱਗੇ ਮਿਹਰ ਕਰਦੇ ਹਾਂ ਕਿ ਜਦੋਂ ਉਹਨਾਂ ਦੇ ਨਸੀਬਾਂ 'ਚ ਹੋਵੇ ਤਾਂ ਉਹਨਾਂ ਨੂੰ ਦਰਸ਼ਨ ਕਰਨ ਦੀ ਮੁਹਲਤ ਮਿਲੇ। ਬਾਕੀ ਇੱਥੇ ਆ ਕੇ ਦਿਲ ਨੂੰ ਠੰਡ ਪੈ ਗਈ ਹੈ, ਨਨਕਾਣਾ ਸਾਹਿਬ ਔਰ ਸੱਚਾ ਸੌਦਾ ਵਿੱਚ ਰਸਤੇ 'ਚ ਦੇਖ ਕੇ ਆਏ ਹਾਂ, ਹੁਣ ਇੱਥੇ ਪੰਜਾਬ ਸਾਹਿਬ ਪਹੁੰਚੇ ਹਾਂ, ਇੱਥੇ ਦਰਸ਼ਨ ਅਸੀਂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ, ਸਾਨੂੰ ਬਹੁਤ ਪਿਆਰ ਸਤਿਕਾਰ ਮਿਲਦੇ ਆ, ਸਨ ਪਾਕ ਸਾਡੇ ਜੀ, ਅਸੀਂ ਇੱਥੇ ਆ ਕੇ ਦਰਸ਼ਨ ਕਰ। ਮੇਰਾ ਨਾਮ ਅਲਵਿੰਦਰ ਕੌਰ ਹੈ ਜੀ, ਮੈਂ ਦਿੱਲੀ ਤੋਂ ਆਈ ਹਾਂ ਜੀਟੂ ਵੀਰ ਜੀ ਦੇ ਨਾਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਹਰਪਾਲ ਸਿੰਘ ਆਗਰਾ ਤੋਂ, ਪਹਿਲੀ ਮੁਬਾਰਕ ਸਾਡੇ ਸਰਨਾ ਸਾਹਿਬ ਨੂੰ ਜਿਨ੍ਹਾਂ ਨੇ ਇਹ ਸੇਵਾ ਲਾਈ ਟੀਟੂ ਵੀਰ ਜੀ ਨੂੰ ਕਿ ਤੁਸੀਂ ਆਗਰੇ ਤੋਂ ਜੱਥਾ ਲੈ ਕੇ ਆਓ। ਦੂਸਰੀ ਮੁਬਾਰਕ ਪਾਕਿਸਤਾਨ ਔਰ ਹਿੰਦੁਸਤਾਨ ਸਰਕਾਰ ਨੂੰ, ਜਿਨ੍ਹਾਂ ਨੇ ਪਾਕਿਸਤਾਨ ਸਰਕਾਰ ਨੇ ਸਾਨੂੰ ਵੀਜ਼ਾ ਦਿੱਤਾ, ਹਿੰਦੁਸਤਾਨ ਸਰਕਾਰ ਨੇ ਸਾਨੂੰ ਪਰਮਿਸ਼ਨ ਦਿੱਤੀ। ਅਸੀਂ ਇੱਥੇ ਪਹੁੰਚ ਕੇ ਇਹ ਬਿਲਕੁਲ ਇਸ ਤਰ੍ਹਾਂ ਫੀਲ ਕੀਤਾ ਕਿ ਅਸੀਂ ਪਾਕਿਸਤਾਨ ਨਹੀਂ, ਆਪਣੇ ਪਿਛੜੇ ਹੋਏ ਪੁਰਾਣੇ ਘਰ ਆਏ ਹਾਂ। ਬੜਾ ਅੱਛਾ ਪਿਆਰ, ਅੱਛੀ ਸਿਕਿਉਰਿਟੀ, ਔਰ ਜੋ ਗੁਰੂ ਘਰ ਵਿੱਚ ਜੋ ਸੇਵਾ ਹੋ ਰਹੀ ਹੈ ਉਹ ਦੇਖ ਕੇ ਇੰਨਾ ਦਿਲ ਖੁਸ਼ ਹੋਇਆ। ਅਤੇ ਇਸ ਤਰ੍ਹਾਂ ਅਸੀਂ ਇਹ ਚਾਹਵਾਂਗੇ ਕਿ ਜਿਸ ਤਰ੍ਹਾਂ ਇਹ ਖੁਸ਼ੀ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ, ਕੁਝ ਹੋਰ ਇਸ ਤਰ੍ਹਾਂ ਦਾ ਹੋਏ ਕਿ ਜਿਹੜੇ ਵੀਜ਼ੇ ਲੋਕਾਂ ਨੂੰ ਈਜ਼ਲੀ ਮਿਲਣ, ਜਿਹਦੇ ਨਾਲ ਕਿ ਆਉਣ ਵਾਲੀ ਅੱਗੇ ਸੰਗਤ ਨੂੰ ਪਰੇਸ਼ਾਨੀ ਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਅਵਤਾਰ ਸਿੰਘ। ਹਾਂਜੀ ਜੀ, ਸੰਗਤਾਂ ਜਿਹੜੀਆਂ ਪਹੁੰਚੀਆਂ ਨੇ, ਅਸੀਂ ਉਹਨਾਂ ਦੇ ਇਸਤਕਬਾਲ ਵਾਸਤੇ ਇੱਥੇ ਪਹੁੰਚੇ ਹਾਂ। ਅਤੇ ਅਸੀਂ ਪਹਿਲੇ ਓਪਨਿੰਗ ਜਿਹੜੀ ਸੈਰੇਮਨੀ ਹੈ ਉਹ ਹੋ ਰਹੀ ਹੈ ਇਸ ਵੇਲੇ, ਅਤੇ ਸਾਡੇ ਗਿਆਨੀ ਜੀ ਨੇ ਔਰ ਨਾਲ ਹੀ ਨਾਲ ਸਾਡੇ ਹਰਮੋਹਨ ਸਿੰਘ ਜੀ ਆਏ ਨੇ ਜੀ। ਅੱਛਾ ਜੀ, ਟੀਟੂ ਸਿੰਘ ਜੀ ਦੇ ਬ੍ਰਦਰ ਨੇ ਜਿਹੜੇ ਜੱਥਾ ਲੈ ਕੇ ਆਏ ਨੇ, ਔਰ ਫਸਟ ਟਾਈਮ ਜਿਹੜਾ ਇਹ ਜੱਥਾ ਜਿਹੜਾ ਇਸ ਵੇਲੇ ਪੂਰੇ ਇੰਡੀਆ 'ਚੋਂ ਹੈ ਜਾਂ ਅਜਮੇਰ ਤੋਂ? ਦਿੱਲੀ ਆਗਰਾ। ਦਿੱਲੀ ਔਰ ਆਗਰਾ, ਵਾਹ ਜੀ ਵਾਹ। ਦਿੱਲੀ ਔਰ ਆਗਰਾ ਬਹੁਤ ਹੀ ਜਿਹੜੇ ਕਿ ਕਹਿ ਲਓ ਤੁਸੀਂ, ਦੋਵੇਂ ਕੈਪੀਟਲ ਸਿਟੀ ਕਹਿ ਲਵੋ ਤੁਸੀਂ, ਜਿਹੜੇ ਨੇ ਮੁਗਲ ਪੀਰੀਅਡ ਵਿੱਚ ਰਹੇ ਨੇ। ਅਤੇ ਗਿਆਨੀ ਜੀ ਕੀ ਮੈਸੇਜ ਦੇਣਾ ਚਾਹੋਗੇ ਇਸ ਵੇਲੇ ਜਗਤ ਸੰਗਤ ਨੂੰ ਜੀ? ਸਾਰੇ ਜ਼ਰਾ ਸੰਗਤਾਂ ਆ ਰਹੀਆਂ ਨੇ ਹੁੰਮ ਹੁਮਾ ਕੇ, ਔਰ ਬੜੀ ਖੁਸ਼ੀ ਹੋ ਰਹੀ ਹੈ ਸਾਨੂੰ ਦੇਖ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀ ਲੱਖਾਂ ਅਤੇ ਕਰੋੜਾਂ ਵਾਰ ਵਧਾਈ। ਉਸ ਤੋਂ ਬਾਅਦ ਮੈਂ ਸੰਗਤਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਪੂਰੀ ਦੁਨੀਆ 'ਚ ਆਲ ਓਵਰ ਦਾ ਵਰਲਡ ਜਿੰਨੀ ਵੀ ਸੰਗਤ ਰਹਿੰਦੀ ਹੈ, ਜਿਨ੍ਹਾਂ ਨੂੰ ਡਰਾਇਆ ਜਾਂਦਾ ਹੈ ਕਿ ਤੁਸੀਂ ਪਾਕਿਸਤਾਨ ਜਾਓਗੇ ਅਤੇ ਬਾਰਡਰ ਦੇ ਉੱਤੇ ਜੰਗ ਲੱਗਣ ਵਾਲੀ ਹੈ, ਕੋਈ ਜੰਗ ਜੁੰਗ ਨਹੀਂ ਹੈ, ਕੋਈ ਮਸਲਾ ਨਹੀਂ ਹੈ, ਵੱਧ ਤੋਂ ਵੱਧ ਪਾਕਿਸਤਾਨ ਆਓ, ਗੁਰਧਾਮਾਂ ਦੀ ਯਾਤਰਾ ਕਰੋ, ਕਿਸੇ ਕਿਸਮ ਦੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ। ਪਾਕਿਸਤਾਨ ਸਰਕਾਰ ਜਿੰਨੇ ਵੀ ਮਹਿਕਮੇ ਨੇ ਸਾਡੇ ਸਿਕਿਉਰਿਟੀ ਦੇ, ਉਹ ਬਿਹਤਰੀਨ ਤਰੀਕੇ ਨਾਲ ਸਾਰਾ ਸਹਿਯੋਗ ਦੇ ਰਹੇ ਨੇ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਤੁਹਾਨੂੰ ਪਾਕਿਸਤਾਨ ਦੇ ਵਿੱਚ ਨਹੀਂ ਹੋਏਗੀ। ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੈਰੇਮਨੀ ਬਕਾਇਦਾ ਤੌਰ ਦੇ ਉੱਤੇ ਸ਼ੁਰੂ ਕਰ ਰਹੇ ਨੇ ਜੀ, ਜਿਹੜਾ ਕਿ ਦੱਸੀ ਚਲੋ ਜੀ, ਨਾਮ ਆਪਣਾ ਉਹਨਾਂ ਦੱਸੀ ਚਲੋ। ਇਹ ਆਗਰਾ ਤੋਂ? ਕੀ ਨਾਮ ਜੀ? ਸ਼ਾਮ ਬੋਜਵਾਨੀ। ਸ਼ਾਮ ਬੋਜਵਾਨੀ ਆਗਰਾ ਤੋਂ। ਵਾਹਿਗੁਰੂ ਜੀ ਕੀ ਫਤਿਹ। ਤਰਲੋਚਨ ਸਿੰਘ ਜੀ ਦਿੱਲੀ ਤੋਂ। ਤਰਲੋਚਨ ਸਿੰਘ ਜੀ ਦਿੱਲੀ ਤੋਂ। ਸਰਦਾਰ ਤਰਲੋਚਨ ਸਿੰਘ ਜੀ ਦਿੱਲੀ ਤੋਂ। ਸਰਦਾਰ ਪ੍ਰਭਜੋਤ ਸਿੰਘ ਪੁਰਜੀ ਜੀ ਦਿੱਲੀ ਤੋਂ ਆਏ ਨੇ। ਸਤਿ ਸ੍ਰੀ ਅਕਾਲ। ਸਾਡੇ ਵੀਰ ਜੀ ਆਗਰਾ ਤੋਂ ਆਏ ਨੇ। ਸ੍ਰੀ ਅਕਾਲ। ਟਿੱਟੂ ਵੀਰ ਜੀ, ਸਾਡੇ ਟਿੱਟੂ ਵੀਰ ਜੀ ਦਿੱਲੀ ਤੋਂ ਆਏ ਨੇ। ਸਾਰੀ ਸਾਧ ਸੰਗਤ ਦੀ ਰਹਿਨੁਮਾਈ ਸਾਰੀ ਇਹੀ ਕਰ ਰਹੇ ਨੇ।
सारा जथा इन्हां दे सारे चल रहा है, बहुत अच्छी सेवा कर रहे हैं, बड़ा अच्छा ध्यान रख रहे हैं। लो जी, तुम देखिए गुरु प्यारी संगत जी के इस वेले इंडिया दे तो अजमेर तो दिल्ली तो सारिया संगत आई हुई ने, असी उन्होंने जिया तो दिल्ली और आगरा तो जड़िया संगत ने वो पहुंचिया ने पाकिस्तान, और तुम चेहरे तो ही ला सकते हो कि किस तरह फील कर रही ने सड़िया संगत जी। अच्छा जी, अपना पहले नाम दसो। मैं अवतार सिंह पुरजी दिल्ली तो जी, रामगढ़िया दिल बोर्ड दिल्ली का सैकटरी हैगा जी। 550 साल गुरु नानक देव जी ने समर्पित सारिया संगत बड़िया हुम हुमा के आई ने, सारिया संगत पहले ननकाना साहब गई, बहुत सोहना स्वागत होया, बड़ी सोहनी सेवा हुई, बड़े सोहने ढंग नाल साडा आओ भगत होया, सानू बहुत अच्छा लगा। हुण असी ननकाना साहब तो चल के पंजा साहब आए हाँ, पंजा साहब नूं देखो बहुत अच्छा प्रोग्राम देखण नूं मिल रहा है, बहुत अच्छी सेवा होएगी, बहुत अच्छा प्रोग्राम लग रहा है, सानू देख के सब बड़ी खुशी हो रही है कि असी नानक दी धरती ते आए हाँ, एक पवित्र धरती ते चरण छो पाए असी। वाहेगुरू जी का खालसा, वाहेगुरू जी की फतेह। मैं रुपिंदर सिंह जी आगरा तो, असी सारे वाहेगुरू जी का खालसा वाहेगुरू जी की फतेह जी। मैं रुपिंदर सिंह बोल रहा जी, आगरा तो आया असी, तो इत्थे आके सानू बहुत चंगा लगा, बहुत अच्छा लगा सानू दर्शन करके। ये असी इतने शुरू तो अरदास करते आ रहे हैं कि इतने गुरतामा दे सानू दर्शन होन, तो पहले ननकाना साहब असी गए, तो हुण असी इतने पंजा साहब आया, रस्ते च असी और कई गुरुद्वारे साहब के दर्शन करते हुए आए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਥੈਂਕ ਯੂ ਜੀ। ਸੰਗਤਾਂ ਆ ਰਹੀਆਂ ਨੇ ਅਤੇ ਜਿਸ ਤਰ੍ਹਾਂ ਆਉਂਦੀਆਂ ਜਾਂਦੀਆਂ ਨੇ ਅਸੀਂ ਫਿਰ ਉਹਨਾਂ ਨਾਲ ਗੱਲਬਾਤ ਵੀ ਕਰਦੇ ਚੱਲੇ ਹਾਂ। ਵੀਰ ਜੀ, ਮੈਨੂੰ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਗਏ, ਮੈਂ ਤਾਂ ਤੁਹਾਨੂੰ ਟੀ ਵੀ 'ਚ ਹੀ ਦੇਖਦੀ ਰਹਿੰਦੀ ਸੀ, ਅੱਜ ਤਾਂ ਮੈਂ ਅੱਖੀ ਵੇਖਿਆ, ਮੇਰਾ ਤਾਂ ਮਨ ਤ੍ਰਿਪਤ ਹੋ ਗਿਆ। ਮੇਰੇ ਗੁਰੂ ਜੀ ਦੇ ਦਰਸ਼ਨ ਕਰਾਏ, ਸਾਨੂੰ ਸਾਰਾ ਆਪਣਾ ਇਤਿਹਾਸ ਦੱਸਿਆ, ਮੈਂ ਬੜਾ ਤੁਹਾਡਾ ਅਭਾਗੀ ਹਾਂ। ਬਹੁਤ ਜ਼ਿਆਦਾ ਬਹੁਤ ਸ਼ੁਕਰੀਆ। ਆਪਣਾ ਨਾਮ ਦੱਸੋ ਔਰ ਤੁਸੀਂ ਕਿੱਥੋਂ ਆਏ ਹੋ? ਮੇਰਾ ਨਾਮ ਮਹਿੰਦਰ ਕੌਰ ਹੈ, ਮੈਂ ਆਗਰੇ ਤੋਂ ਆਈ ਹਾਂ। ਅੱਛਾ ਜੀ, ਤੁਸੀਂ ਆਗਰੇ ਤੋਂ ਆਏ? ਤਾਜ ਮਹਿਲ ਤੋਂ? ਤਾਜ ਮਹਿਲ ਤੋਂ, ਇਹ ਮੇਰੇ ਹਸਬੈਂਡ ਨੇ। ਅੱਛਾ ਜੀ, ਗੱਲ ਜੀ ਹੈ, ਠੀਕ ਹੈ ਜੀ, ਇਹ ਨਹੀਂ ਬੋਲਦੇ ਜ਼ਿਆਦਾ, ਠੀਕ ਹੈ ਜੀ। ओके जी, असी थोड़ी देर बाद दोबारा हाजिरी भरेंगे और थोड़ा दर्शन करवावे और संगतान नाल गल भी करवावे कि उन्होंने किदां दा लग रहा है। फुल सिक्योरिटी दे विच, फुल प्रूफ सिक्योरिटी दे विच साड़ियां संगतां जिहड़ियां ने ओह ननकाना साहिब और सच्चा सौदा साहिब तो हो के ते हुण इस वेले शाम दे जे तकरीबन 5 बज चुके ने हो और संगतां जिहड़ियां ने ओह पहुँच चुकियां ने गुरद्वारा श्री पहली पातशाही पंजा साहिब हसन अब्दाल दे अंदर। ते बाकी दीआं गल्लां थोड़ा जिहा क्योंकि काफ़ी लंबा सफ़र करके आईया ने साड़ियाँ पैणा, तो असी फिर बाद गल करांगे, तो फिर तो दोबारा हाजिरी भरांगे जी। रब रखा जी।